दोस्तों स्वागत है एक नवी खबर के नाल संजय नगर फाटक ते। ये नवीन कुमार का डिपो है जिसके सामने इस वक्त असी खड़े हैं। सानू फोन करके सूचित किया सी नवीन कुमार ने कि मेरे डिपो ते मेरी दुकान के अंदर वड़ के कई लोगों ने तोड़ फोड़ की है। अंदर चल के थोनू दिखाने कि कितनी की तोड़ फोड़ हुई है, ये गलबात भी करांगे कि मामला की सी। ये डिपो है नवीन कुमार का, सामने बोर्ड तुसी देख सकते हो कि बाहर जो स्टैंडिंग बोर्ड पिया हुंदा है वो बोर्ड है फाड़ रखे, नीचे कुर्सियां दराज टुटे हुए ने। सामने तुसी देख सकते हो कि जिहड़ा फ्रिज अंदर पिया सी दुकान दे वो भी तोड़ फोड़ करन दी कोशिश कीती है, इस करके नीचे गिर गया। इट्टां रोड़े भी बरसाए गए है, नीचे पए आ, कंच भी टुटा पिया। ये पूरा मामला की सी अपन नवीन कुमार जे मौके पर मौजूद ने, नाल एक होर ने जिहड़े इत्थे इस दुकान पर काम करते ने, उन्हां दे नाल भी गलबात करके पुछांगे कि की मामला सी पूरा। ये सस्ते राशन का सरकारी डिपू, ये तो बोर्ड बिल्कुल तोड़ रखे तुसी देख सकते हो। पुछदे आ नवीन कुमार तो की मामला पूरा होया सी, ਕਿੰਨਾ ਨੁਕਸਾਨ ਹੋਇਆ ਸੀ, ਕੌਣ ਲੋਕ ਨੇ ਉਹ, ਅਤੇ ਪੁਲਿਸ ਦੀ ਕਾਰਵਾਈ ਇਹਦੇ ਵਿੱਚ ਕੀ ਹੈ, ਦੂਜੇ ਪੱਖ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਮੇਰਾ ਨਾਮ ਨਵੀਨ ਕੁਮਾਰ ਹੈ, ਮੈਂ ਡਿਪੂ ਹੋਲਡਰ ਹਾਂ। ਕਿਹੜੀ ਜਗ੍ਹਾ ਦਾ ਡਿਪੂ ਹੈ? ਇਹ ਸੰਜੇ ਨਗਰ ਦੇ ਵਿੱਚ ਸਰਕਾਰੀ ਸਕੂਲ ਦੇ ਕੋਲ ਮੇਰਾ ਡਿਪੂ ਹੈ। ਤੋੜ ਫੋੜ ਹੋਈ ਹੈ, ਕੀ ਮਾਮਲਾ ਹੋਇਆ? ਇਹ ਜੀ ਅਰਜੁਨ ਸਿੰਘ ਹੋਲੂ ਹੈ ਇੱਕ ਮੁੰਡਾ, ਉਹ ਮੇਰੀ ਦੁਕਾਨ 'ਤੇ ਮੇਰੇ ਨਾਲ ਕਣਕ ਵੰਡਾ ਰਿਹਾ ਸੀਗਾ, ਅਤੇ ਉਹਨੇ ਰਕੇਸ਼ ਕੁਮਾਰ ਨਾਮ ਦੇ ਬੰਦੇ ਤੋਂ ਪੈਸੇ ਲੈਣੇ ਸੀ। ਨਾਲ ਦੇ ਸੀ ਐੱਸ ਸੀ ਸੈਂਟਰ 'ਤੇ ਰਕੇਸ਼ ਕੁਮਾਰ ਆਇਆ, ਅਤੇ ਇਹਨੂੰ ਜਦੋਂ ਅਰਜੁਨ ਨੇ ਉਹਨੂੰ ਪੁੱਛਿਆ ਵੀ ਮੇਰੇ ਪੈਸੇ ਕਦੋਂ ਦੇਗਾ, ਤਾਂ ਉਹਦੇ ਨਾਲ ਉਹਨੇ ਬਦਤਮੀਜ਼ੀ ਕੀਤੀ ਅਤੇ ਇਹਨਾਂ ਦੀ ਹੱਤਾਪਾਈ ਹੋ ਗਈ। ਅਸੀਂ ਵਿੱਚ ਪੈ ਕੇ ਛੁਡਾਤਾ ਜੀ ਉਹਨੂੰ ਵੀ ਜਾ ਚਲੋ ਜਾਓ। ਰਕੇਸ਼ ਧਮਕੀਆਂ ਦੇ ਕੇ ਗਿਆ, ਕਹਿੰਦਾ ਵੀ ਮੈਂ ਹੁਣੇ ਹੀ ਆਉਂਦਾ ਤੈਨੂੰ ਦੇਖਦਾ, ਅਰਜੁਨ ਨੂੰ ਧਮਕੀਆਂ ਦੇ ਕੇ ਗਿਆ, ਮੇਰੇ ਨਾਲ ਨਹੀਂ ਬੋਲਿਆ ਉਹ। ਉਸ ਤੋਂ ਬਾਅਦ ਉਹ ਜਦੋਂ ਆਏ 15-20 ਜਣੇ ਸੀਗੇ, ਜਿਹਦੇ ਵਿੱਚ ਕਾਫੀ ਜਣੇ ਸੀਗੇ, 2-3 ਲੇਡੀਜ਼ਾਂ ਸੀਗੀਆਂ, ਉਹ ਆਏ ਅਤੇ ਅਰਜੁਨ ਸਿੰਘ ਕਣਕ ਤੁਲਵਾ ਰਿਹਾ ਸੀਗਾ ਕਿਸੇ ਗਾਹਕ ਦੀ, ਅਤੇ ਉਹ ਇੱਕਦਮ ਅੰਦਰ ਵੜਨ ਲੱਗੇ। ਜਦੋਂ ਮੈਂ ਉਹਨਾਂ ਨੂੰ ਰੋਕਿਆ ਵੀ ਤੁਸੀਂ ਅੰਦਰ ਨਾ ਵੜੋ, ਅਤੇ ਉਹ ਉਹਦੇ ਵਿੱਚ ਸਿਮਰਨ ਨਾਮ ਦੀ ਲੇਡੀਜ਼ ਨੇ ਮੇਰਾ ਧੱਕਾ ਮਾਰ ਕੇ ਮੈਨੂੰ ਪਾਸੇ ਕਰਤਾ, ਵੀ ਲੇਡੀਜ਼ ਹੋਣ ਕਾਰਨ ਮੈਂ ਬਈ ਸਾਈਡ 'ਤੇ ਹੋ ਗਿਆ। ਉਹਨਾਂ ਨੇ ਅਰਜੁਨ ਓਲੂ ਨੂੰ ਅੰਦਰ ਜਾ ਕੇ ਢਾਣ ਦੀ ਕੋਸ਼ਿਸ਼ ਕੀਤੀ, ਅਤੇ ਅਰਜੁਨ ਨੇ ਪਿੱਛੋਂ ਪਿਛਲਾ ਗੇਟ ਹੈ ਮੇਰਾ ਉਹਦੇ ਕੁੰਡਾ ਲਾ ਲਿਆ, ਅਤੇ ਉਹ ਤੋਂ ਬਾਅਦ ਉਹਨਾਂ ਨੇ ਜਦੋਂ ਕੁੰਡਾ ਲਾ ਲਿਆ ਤਾਂ ਇੱਕ ਪ੍ਰਵੀਨ ਨਾਮ ਦਾ ਬੰਦਾ ਵੀ ਮੁੰਡਾ ਵੀ ਮੇਰੇ ਨਾਲ ਕਣਕ ਵੰਡਾ ਹੋਇਆ ਸੀਗਾ, ਜਿਹੜੇ ਕਿ ਦਿਹਾੜੀ 'ਤੇ ਮੇਰੇ ਨਾਲ ਜਦੋਂ ਕਣਕ ਵੱਢਦੇ ਆ ਉਦੋਂ ਮੇਰੇ ਨਾਲ ਕੰਮ ਕਰਦੇ ਆ, ਅਤੇ ਪ੍ਰਵੀਨ ਨੇ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢਤਾ। ਉਸ ਤੋਂ ਬਾਅਦ ਉਹਨਾਂ ਨੇ ਇੱਟਾਂ ਚਲਾਉਣੀਆਂ ਸ਼ੁਰੂ ਕਰਤੀਆਂ, ਅਸੀਂ ਪਾਸੇ ਦੂਜੇ ਪਾਸੇ ਹੋ ਗਏ ਵੀ ਕਿਤੇ ਇੱਟ ਨਾ ਵੱਜੇ ਸਾਡੇ। ਉਸ ਤੋਂ ਬਾਅਦ ਜਿਹੜਾ ਵਿਜੇ ਸੀ ਅਤੇ ਇੱਕ ਰਾਜਕੁਮਾਰ ਸੀ ਅਤੇ ਕੇਸ ਸੀ, ਉਹਨਾਂ ਨੇ ਸਾਡੀ ਤੋੜ ਫੋੜ ਸ਼ੁਰੂ ਕਰਤੀ ਅੰਦਰ, ਅਤੇ ਉਸ ਤੋਂ ਬਾਅਦ ਅਸੀਂ ਵਰਧਮਾਨ ਚੌਕੀ ਦੇ ਵਿੱਚ ਵੀ ਕੰਪਲੇਂਟ ਕਰਵਾਈ ਹੈ ਜੀ, ਜਿਹੜੇ ਕਿ PCR ਵਾਲੇ ਆਏ ਸੀਗੇ ਉਹ ਮੌਕਾ ਦੇਖ ਗਏ ਸੀਗੇ, ਅਤੇ ਉਹਨਾਂ ਨੇ ਕਿਹਾ ਸਾਨੂੰ ਸਰਦਾਰ ਮਨਜੀਤ ਸਿੰਘ ਹੈ ਇੱਥੋਂ ਇੰਚਾਰਜ, ਚੌਕੀ ਇੰਚਾਰਜ, ਉਹਨਾਂ ਨੇ ਪੂਰਾ ਵਿਸ਼ਵਾਸ ਦਵਾਇਆ ਵੀ ਜਿਹੜੀ ਇਹ ਸਖਤ ਤੋਂ ਸਖਤ ਕਾਰਵਾਈ ਉਹਨਾਂ 'ਤੇ ਹੋਵੇਗੀ ਜਿਨ੍ਹਾਂ ਨੇ ਇਹ ਜਾਨਲੇਵਾ ਹਮਲਾ ਕੀਤਾ। ਇਹ ਤਕਰੀਬਨ 7:30 ਵਜੇ ਦੀ ਗੱਲ ਹੈ ਜੀ, ਸ਼ਾਮ ਦੀ ਕੱਲ੍ਹ 1 ਤਰੀਕ ਦੀ, 1-8 ਦੀ, ਇਹ ਸ਼ਾਮ ਦੀ 7 ਵਜੇ ਦੀ ਗੱਲ ਹੈ। ਸਖਤ ਤੋਂ ਸਖਤ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜਾ ਬੰਦਾ ਇੰਨਾ ਯਾਨੀ ਕਿ ਹਥਿਆਰ ਨਾਲ ਲੈਸ ਹੋ ਕੇ ਆਇਆ ਜੀ, ਇੱਕ ਤਰੀਕੇ ਨਾਲ ਤਾਂ ਉਹ ਅਰਜੁਨ ਹੋਲੂ, ਜੇਕਰ ਕੁੰਡਾ ਨਾਲ ਆਉਂਦਾ ਤਾਂ ਉਹਨੂੰ ਮਾਰ ਜਾਂਦੇ ਜੀ। ਉਹ ਉਹਨਾਂ ਕੋਲ ਕਗਾੜਾ ਸੀਗੀਆਂ ਜੀ, ਸਰੀਏ ਸੀਗੇ, ਇੱਕ ਦੇ ਕੋਲ ਡੰਡਾ ਸੀਗਾ, ਇੱਕ ਦੇ ਕੋਲ ਤਲਵਾਰ ਵੀ ਸੀਗੀ, ਇੱਕ ਬੰਦੇ ਕੋਲ ਜਿਹੜਾ ਅਭਿਸ਼ੇਕ ਸੀਗਾ ਉਹਦੇ ਕੋਲ ਤਲਵਾਰ ਸੀਗੀ ਜੀ। ਤਾਂ ਮਿਸਟਰ ਨਵੀਨ ਦਾ ਕਹਿਣਾ ਹੈ ਕਿ ਕਾਫੀ ਇਕੱਠੇ ਹੋ ਕੇ ਇੱਥੇ ਆਏ ਸੀ, ਵਿੱਚੋਂ ਉਹਦੇ ਲੇਡੀਜ਼ ਵੀ ਸੀ ਅਤੇ ਮੁੰਡੇ ਵੀ ਸੀ, ਉਹਨਾਂ ਨੇ ਆ ਕੇ ਅੰਦਰ ਇੱਥੇ ਤੋੜ ਫੋੜ ਕੀਤੀ। ਹੋਲੂ ਨਾਮ ਦਾ ਸ਼ਖਸ ਹੈ ਇਹਨਾਂ ਕੋਲ ਕੰਮ ਕਰਦਾ, ਉਹ ਅੰਦਰ ਵੜ ਕੇ ਕੁੰਡਾ ਲਾ ਲਿਆ, ਫਿਰ ਉਹਨੇ ਆਪਣੀ ਜਾਨ ਬਚਾਈ। ਸਮਾਨ ਤੁਸੀਂ ਦੇਖ ਸਕਦੇ ਹੋ ਟੁੱਟਿਆ ਫੁੱਟਿਆ, ਇਹ ਦਰਵਾਜ਼ਾ ਇਹਨਾਂ ਨੇ ਦੱਸਿਆ ਕਿ ਅੰਦਰ ਜਾ ਕੇ ਹੋਲੂ ਜਿਹੜਾ ਸੀਗਾ ਲੜਕਾ ਅਰਜੁਨ ਹੋਲੂ ਇੱਥੇ ਕੁੰਡੀ ਲਗਾ ਕੇ ਆਪਣਾ ਬਚਾਅ ਕੀਤਾ। ਸਾਡੇ ਨਾਲ ਮੌਜੂਦ ਵੀ ਨੇ ਉਹ ਸ਼ਖਸ ਜਿਨ੍ਹਾਂ ਦਾ ਜ਼ਿਕਰ ਕੀਤਾ ਨਵੀਨ ਨੇ, ਉਹਨਾਂ ਤੋਂ ਪੁੱਛਦੇ ਹਾਂ ਕੀ ਵਾਕਿਆ ਹੋਇਆ ਸੀ ਇੱਥੇ ਕੱਲ੍ਹ।
ਹਾਂਜੀ ਭਾਈ, ਜਦੋਂ ਇੱਥੇ ਘਟਨਾ ਹੋਈ ਹੈ ਇਹ, ਤੁਸੀਂ ਇੱਥੇ ਮੌਜੂਦ ਸੀ? ਜੀ ਸਰ, ਮੈਂ ਸਰ ਜੀ ਮੈਂ ਨਵੀਨ ਕੁਮਾਰ ਡਿਪੂ ਵਾਲਾ ਹੈ ਜੀ, ਉਹਦੇ ਕੋਲ ਮੈਂ ਦਿਹਾੜੀ 'ਤੇ ਕੰਮ ਕਰਦਾ ਇੱਥੇ ਕਣਕ ਤੋਲਣ ਦਾ ਜੀ, ਅਤੇ ਕਣਕ ਤੋਲ ਦਿੰਦੇ ਹਾਂ, ਬੋਰੀਆਂ ਇਕੱਠੀ ਕਰ ਦਿੰਦੇ ਹਾਂ ਜੀ। ਮੈਂ ਕੱਲ੍ਹ ਵੀ ਇੱਥੇ ਕਣਕ ਤੋਲ ਰਿਹਾ ਸੀਗਾ ਜੀ, ਇੱਕ ਵਿਅਕਤੀ ਆ ਰਕੇਸ਼ ਕੁਮਾਰ ਜੀ, ਉਸ ਤੋਂ 4 ਸਾਲ ਹੋ ਗਏ ਜੀ, ਮੈਂ ਨਾ ਉਸ ਤੋਂ ਪੈਸੇ ਲੈਣੇ ਸੀ 2000 ਰੁਪਈਏ। ਉਹ ਇੱਥੇ ਆਇਆ ਜੀ, ਮੈਂ ਉਹਨੂੰ ਕਿਹਾ ਮੈਂ ਕਿਹਾ ਵੀਰ ਕੀ ਹਾਲ ਹੈ, ਕੈਮਰੇ 'ਚ ਰਿਕਾਰਡ ਵੀ ਹੈ ਗੱਲ ਉਹ, ਮੈਂ ਵੀਰ ਕੀ ਹਾਲ ਹੈ? ਉਹ ਮੈਨੂੰ ਪੁੱਠਾ ਬੋਲਿਆ ਜੀ। ਫਿਰ ਮੈਂ ਉਹਨੂੰ ਕਿਹਾ ਜੀ, ਮੈਂ ਕਿਹਾ ਮੇਰੇ ਪੈਸੇ ਦੇ 4 ਸਾਲ ਹੋ ਗਏ। ਉਹ ਕਹਿੰਦਾ ਪੈਸੇ ਨਹੀਂ ਦਿੰਦਾ ਮੈਂ। ਸਾਡੀ ਆਪਸ ਦੇ ਵਿੱਚ ਗਾਲੀ ਗਲੋਚ ਹੋਈ ਜੀ। ਗਾਲੀ ਗਲੋਚ ਹੋਣ ਤੋਂ ਬਾਅਦ ਉਹ ਮੈਨੂੰ ਕਹਿ ਕੇ ਗਿਆ ਵੀ ਇੱਧਰ ਜੀ, ਮੈਂ ਹੁਣੀ ਆਇਆ ਬੰਦੇ ਲੈ ਕੇ। 15 ਕੁ ਮਿੰਟ ਬਾਅਦ ਜੀ ਉਹ ਘੱਟੋ ਘੱਟ ਵੀ 10-15 ਬੰਦੇ ਅਤੇ 3 ਜਨਾਨੀਆਂ ਸੀਗੀਆਂ ਜੀ, 3 ਲੇਡੀਜ਼ ਸੀਗੀਆਂ ਜੀ। ਉਹਨਾਂ ਨੇ ਕੋਈ ਗੱਲ ਨਹੀਂ ਕੀਤੀ, ਮੈਨੂੰ ਪੁੱਛਿਆ ਨਹੀਂ ਕੀ ਗੱਲਬਾਤ ਹੈ। ਮੈਂ ਬੜੀ ਕੋਸ਼ਿਸ਼ ਕੀਤੀ ਰੋਕਣ ਦੀ, ਮੁਹੱਲੇ ਵਾਲੇ ਵੀ ਸੀ ਦੁਕਾਨਦਾਰ, ਉਹਨਾਂ ਨੇ ਰੋਕਿਆ ਵੀ ਹਨੇਰਾ ਸੀਗੀ, ਲੇਟ ਗਈ ਹੋਈ ਸੀਗੀ ਜੀ। ਉਹ ਰੁਕੇ ਨਹੀਂ ਜੀ, ਉਹਨਾਂ ਨੇ ਡਲੇ ਮਾਰਨੇ ਸ਼ੁਰੂ ਕਰਤੇ ਜੀ। ਉਹਨਾਂ ਕੋਲ ਸਰੀਏ ਵੀ ਸੀ ਜੀ, ਰਾੜਾ ਵੀ ਸੀਗੀਆਂ, ਅਤੇ ਉਹਨਾਂ ਡਲੇ ਮਾਰਨੇ ਸ਼ੁਰੂ ਕਰਤੇ। ਪਿੱਛੇ ਉਹ ਗੇਟ ਹੈਗਾ ਜੀ, ਮੈਂ ਭੱਜ ਕੇ ਜਾ ਕੇ ਗੇਟ ਲਾ ਲਿਆ ਜੀ, ਅਤੇ ਜਾ ਕੇ ਮੈਂ ਉੱਥੇ ਲੁਕ ਗਿਆ। ਉਸ ਤੋਂ ਬਾਅਦ ਉਹਨਾਂ ਦੁਕਾਨ ਦੇ ਵਿੱਚ ਫਰਿੱਜ ਕੁਰਸੀਆਂ ਕੰਡਾ ਸਾਡਾ ਸਾਰਾ ਕੁਝ ਤੋੜਤਾ ਜੀ ਉਹਨਾਂ ਨੇ। ਹਾਲਾਂਕਿ ਇਹਨਾਂ ਦਾ ਕੋਈ ਮਤਲਬ ਨਹੀਂ ਸੀਗਾ, ਇਹ ਨਵੀਨ ਦੇ ਵੀ ਧੱਕੇ ਮਾਰੇ ਉਹਨਾਂ ਨੇ, ਗਾਲਾਂ ਵੀ ਕੱਢੀਆਂ, ਅੰਦਰ ਪੂਰੀ ਤੋੜ ਭੰਨ ਕੀਤੀ। ਆਪਸ 'ਚ ਉਹਨਾਂ ਦੇ ਜਦੋਂ ਡਲੇ ਮਾਰ ਰਹੇ ਸੀ, ਇੱਕ ਅੱਧੇ ਦਾ ਡਲਾਈ ਵੱਜਿਆ, ਆਪਸ 'ਚ ਵੱਜਿਆ ਉਹਨਾਂ ਦੇ। ਮੈਂ ਪਿੱਛੇ ਲੁੱਕ ਗਿਆ ਸੀ, ਮੈਂ ਆਪਣੀ ਜਾਨ ਬਚਾਈ ਜੀ ਲੋਕ। ਮੈਂ ਤਾਂ ਇਹ ਕਾਰਵਾਈ ਮੰਗ ਕਰਦਾ ਜੀ ਸਰਕਾਰ ਤੋਂ, ਪੁਲਿਸ ਪ੍ਰਸ਼ਾਸਨ ਤੋਂ, ਵੀ ਇਹੋ ਜਿਹੇ ਨਕੇਲ ਜਿਹੜੇ ਕਸੀ ਜਾਵੇ ਗੁੰਡਿਆਂ ਸਰਾਂ 'ਤੇ ਜੀ, ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਬੰਦਾ ਮਰ ਜੂਗਾ। ਚਲੋ ਕੋਈ ਮਾੜੀ ਮੋਟੀ ਗੱਲਬਾਤ ਹੁੰਦੀ ਹੈ, ਬੰਦਾ ਮੂੰਹ ਨਾਲ ਗੱਲ ਕਰ ਲਏ ਜੀ। ਵੀ ਮਾੜੀ ਜੀ ਗੱਲ 'ਤੇ ਸਾਡੀ ਇੱਕ ਗਾਲੀ ਗਲੋਚੀ ਹੋਈ ਸੀ ਮਾੜੀ ਜੀ, ਤਾਂ ਉਹ ਗੱਲ ਕਰ ਲੈਂਦੇ ਆ ਕੇ, ਉਹ ਤਾਂ ਮੈਨੂੰ ਮਾਰਨ ਤੱਕ ਆ ਗਏ ਜੀ। ਥਾਣਾ ਕਾਹਦੇ ਵਾਸਤੇ? ਪੁਲਿਸ ਇਸ ਵਾਸਤੇ ਬਣੀ ਹੈ ਜੀ, ਪੁਲਿਸ ਸਾਡੇ ਵਾਸਤੇ ਬਣੀ। ਜੇ ਨਹੀਂ ਕੋਈ ਸੁਣਦਾ ਤਾਂ ਪੁਲਿਸ ਦੀ ਵੀ ਸਾਨੂੰ ਕੰਪਲੇਂਟ ਕਰਨੀ ਚਾਹੀਦੀ। ਅਸੀਂ ਵੀ ਪੁਲਿਸ 'ਚ ਕੰਪਲੇਂਟ ਕਰਾਈ ਜੀ, PCR ਨੂੰ ਬੁਲਾਇਆ, PCR ਨੇ ਆ ਕੇ ਮੈਨੂੰ ਪਿੱਛੋਂ ਕੱਢਿਆ ਜੀ। ਫਿਰ ਮੈਂ ਬਾਹਰ ਨਹੀਂ ਨਿਕਲਿਆ ਸੀਗਾ, PCR ਆਈ ਹੈ, ਉਹਨਾਂ ਨੇ ਮੈਨੂੰ ਪਿੱਛੋਂ ਆ ਕੇ ਕੱਢਿਆ, ਤਾਂ ਮੈਂ ਬਾਹਰ ਨਿਕਲਿਆ। ਜੋ ਮੈਂ ਪਹਿਲਾਂ ਬਾਹਰ ਨਿਕਲ ਜਾਂਦਾ, ਉਹ ਮਾਰ ਦਿੰਦੀ ਬਾਹਰ ਖੜੇ ਸੀਗੇ ਜੀ। ਤਾਂ ਹੋਲੂ ਦਾ ਕਹਿਣਾ ਹੈ ਕਿ ਮੈਂ ਇਸ ਦੁਕਾਨ ਦੇ ਅੰਦਰ ਕੰਮ ਕਰਦਾ ਹਾਂ ਅਤੇ ਪੈਸੇ ਦੇ ਲੈਣ ਦੇਣ ਨੂੰ ਮੇਰਾ ਰਕੇਸ਼ ਕੁਮਾਰ ਨਾਲ ਝਗੜਾ ਸੀ, ਜਿਸ ਦੇ ਤਹਿਤ ਉਹਨੇ ਹਮਲਾ ਕੀਤਾ, ਅੰਦਰ ਵੜ ਕੇ ਮੈਂ ਆਪਣੀ ਜਾਨ ਬਚਾਈ। ਇਸ ਮਾਮਲੇ 'ਚ ਦੂਜਾ ਪੱਖ, ਜਿਹੜਾ ਆਰੋਪੀ ਜਿਸ 'ਤੇ ਆਰੋਪ ਲਾਇਆ ਰਕੇਸ਼ ਕੁਮਾਰ 'ਤੇ, ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਤਾ ਲੱਗਿਆ ਕਿ ਉਹ ਹਸਪਤਾਲ 'ਚ ਦਾਖਲ ਹੈ, ਚੱਲ ਕੇ ਆਪਾਂ ਉਹਦਾ ਪੱਖ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਦਾ ਇਸ ਮਾਮਲੇ 'ਤੇ ਕੀ ਕਹਿਣਾ ਹੈ, ਇਸ ਗੱਲ 'ਚ ਕਿੰਨੀ ਸੱਚਾਈ ਹੈ, ਤੁਹਾਡੇ 'ਤੇ ਦੋਸ਼ ਲੱਗਿਆ, ਕਿਉਂਕਿ ਉਹਨਾਂ ਦਾ ਪੱਖ ਵੀ ਜਾਣਨਾ ਜ਼ਰੂਰੀ ਹੈ। ਜਿਸ 'ਤੇ ਨਵੀਨ ਕੁਮਾਰ ਅਤੇ ਹੋਲੂ ਨੇ ਦੋਸ਼ ਲਗਾਏ ਹੈ ਕਿ ਹਮਲਾ ਉਹਨਾਂ ਨੇ ਕੀਤਾ ਸੀ ਰਕੇਸ਼ ਕੁਮਾਰ ਨੇ, ਉਹ ਹਸਪਤਾਲ 'ਚ ਦਾਖਲ ਹੈ। ਗੱਲਬਾਤ ਕਰਦੇ ਹਾਂ ਕਿ ਤੁਹਾਡੇ ਸੱਟਾਂ ਕਿਸ ਤਰ੍ਹਾਂ ਵੱਜੀਆਂ ਅਤੇ ਕੀ ਸੱਚਾਈ ਹੈ ਇਸ ਮਾਮਲੇ ਦੀ, ਤੁਹਾਡਾ ਪੱਖ ਕੀ ਹੈ ਇਸ ਪੂਰੇ ਮਾਮਲੇ 'ਤੇ? ਹਾਂਜੀ ਭਾਅ ਜੀ, ਨਾਮ ਕੀ ਹੈ? ਰਕੇਸ਼ ਕੁਮਾਰ ਹੈ ਜੀ। ਸਰ, ਇਹ ਹੋਲੂ ਅਤੇ ਨਵੀਨ ਨੇ ਨਾ ਮੈਨੂੰ ਦੁਕਾਨ 'ਤੇ ਬੁਲਾਏ ਸੀ, ਹੜਤਾਲ ਹੋ ਗਈ ਸੀ ਸਾਡੀ, ਹੜਤਾਲ ਤੋਂ ਖਤਮ ਹੋਣ ਤੋਂ ਬਾਅਦ ਮੈਂ ਜਾ ਰਿਹਾ ਸੀ, ਇਹਨਾਂ ਨੇ ਬੁਲਾਇਆ ਕਰਿਆ ਗੱਲ ਸੁਣ ਕੇ ਜਾਈ। ਮੈਂ ਜਿਵੇਂ ਗਿਆ ਤਾਂ ਇਹਨਾਂ ਨੇ ਕਿਹਾ ਹੜਤਾਲ 'ਚ ਕਿਉਂ ਜਾ ਰਿਹਾ? ਸਤੀਸ਼ ਸਾਡਾ ਜਿਹੜਾ ਸੁਪਰ ਉਹ ਇੰਸਪੈਕਟਰ ਹੈ, ਉਹਨਾਂ ਨੂੰ ਨਾਮ ਲੈ ਕੇ ਕਹਿ ਰਿਹਾ ਕਿ ਉਹਦੀ ਬਦਲੀ ਦੇ ਚੱਕਰ 'ਚ ਕਿਉਂ ਲੱਗੇ ਹੋਏ ਹੋ ਤੁਸੀਂ, ਬਦਲੀ ਕਰਾਉਣ ਦੇ ਚੱਕਰ 'ਚ ਤੁਸੀਂ? ਇੰਨਾ ਕਹਿੰਦੇ ਹੋਏ ਨਾ ਅੰਦਰ ਖਿੱਚ ਲਿਆ ਸਰ ਇਹਨਾਂ ਨੇ, ਅਤੇ ਇਹ ਹੈਗੇ ਸੀ 5-7 ਜਣੇ, ਇਹਨਾਂ ਨੇ ਫਿਰ ਸਰ ਕੁੱਟਿਆ ਮੈਨੂੰ। ਪੈਸੇ ਲੈਣੇ ਸੀ ਅਤੇ ਰਕੇਸ਼ ਤੋਂ, ਰਕੇਸ਼ ਹੈ ਨਾ, ਉਹ ਕਹਿੰਦੇ ਪੈਸੇ ਲੈਣੇ ਸੀ ਰਕੇਸ਼ ਤੋਂ, ਇਸ ਕਰਕੇ ਉਹਨਾਂ ਨੇ ਇਸ ਸਾਡੀ ਬਹਿਸ ਹੋਈ, ਅਤੇ ਬਹਿਸ ਤੋਂ ਬਾਅਦ ਸਾਡੀ ਲੜਾਈ ਹੋਈ ਹੈ। ਪੈਸੇ ਲੈਣੇ ਹੁੰਦੇ ਸਰ, ਚਲੋ ਮੈਂ ਪੈਸੇ ਲੈਣੇ ਵੀ ਹੈ ਤਾਂ MRN ਗਏ ਵੈਸੇ, ਉਹ ਤਾਂ ਕਹਿ ਰਹੇ ਵੀ ਇਹ ਅੰਦਰ ਵੜਿਆ, ਕਈ ਕਾਫੀ ਜਾਣੇ ਸੀ ਇਕੱਠੇ ਹੋ ਕੇ, ਲੇਡੀਜ਼ ਵੀ ਸੀਗੇ ਵਿੱਚ ਅਤੇ ਮੁੰਡੇ ਵੀ ਸੀਗੇ ਜਾਣੇ, ਅੰਦਰ ਵੜ ਕੇ ਸਾਡਾ ਸਮਾਨ ਵੀ ਤੋੜਿਆਗਾ, ਅਤੇ ਮੈਂ ਅੰਦਰ ਵੜ ਕੇ ਆਪਦੀ ਜਾਨ ਬਚਾਈ ਆ, ਹੋਲੂ ਨੇ ਇਹ ਗੱਲ ਕਹੀ ਹੈ। ਸਰ, ਤੁਸੀਂ ਉੱਥੇ ਜਾ ਕੇ ਦੇਖ ਲਓ, ਅਗਰ ਮੇਰੀ ਗਲਤੀ ਹੈ ਮੈਨੂੰ ਜੋ ਸਜ਼ਾ ਦੇਣਾ ਚਾਹੋ ਮੈਂ ਕਹੂੰਗਾ। ਆਪਣੇ ਸਰ 3 ਜਵਾਕ, ਮੈਂ ਉਹਨਾਂ ਦੀ ਕਸਮ ਖਾਂਦਾ ਅਗਰ ਮੈਂ ਤੋੜਿਆ ਹੋਵੇ, ਨਹੀਂ ਉਹ ਖਾਵੇ ਆਪਣੇ ਮੁੰਡੇ ਦੀ ਕਸਮ ਵੀ ਉਹਨੇ ਤੋੜਿਆ, ਇਹ ਤਾਂ ਤੋੜ ਕੇ ਤੁਹਾਡੇ ਇਲਜ਼ਾਮ ਲਾ ਹਾਂ ਇਲਜ਼ਾਮ ਲਾ ਰਿਹਾ ਸਰ, ਨਾਲੇ ਤਾਂ ਕੁੱਟ ਲਿਆ ਅੱਛੀ ਤਰ੍ਹਾਂ, ਮੇਰੇ ਸਿਰ 'ਤੇ ਦੇਖ ਲਓ, ਇੰਨਾ ਅਗਰ ਮੈਂ ਕੁੱਟਿਆ ਹੁੰਦਾ ਤਾਂ ਇਹ ਹਾਲ ਹੁੰਦਾ? ਮੈਂ ਇੱਥੇ ਆਊਂਗਾ, ਇਹ ਤਾਂ ਸਿਰਫ ਇੱਕ ਨਗਰ ਨਿਗਮ 'ਚ ਜਾ ਰਿਹਾ ਤਾਂ ਕਰਕੇ ਬੰਦ ਰਾੜ ਮਾਰੀ ਹੈ ਸਰ। ਇਹ 4-5 ਜਣੇ ਸੀ ਸਰ, ਹੋਲੂ, ਨਵੀਨ, ਅਰਜੁਨ ਅਤੇ ਅਨਿਲ, ਇੱਕ ਉਹ ਜਸਵੰਤ। ਮੈਂ ਇਕੱਲਾ ਹੀ ਸੀ, ਮੀਆਂ ਬੀਬੀ ਜਾ ਰਹੀ ਸੀ ਸਰ ਹੜਤਾਲ ਤੋਂ ਬਾਅਦ। ਹਾਂਜੀ ਸਰ, ਉਹਦੇ ਵੀ ਉਹ ਟੰਬੇ ਮਾਰੇ ਆ ਸਰ, ਇੱਕ ਦੇ ਹੱਥ 'ਚ ਰਾੜ ਸੀ, ਇੱਕ ਦੇ ਹੱਥ 'ਚ ਟੰਬੇ ਸੀ। ਬਦਲੀ ਦੇ ਚੱਕਰ 'ਚ? ਹਾਂਜੀ ਸਰ, ਹਾਂਜੀ ਹਾਂਜੀ, ਉਸ ਚੱਕਰ 'ਚ ਹੈ ਸਰ, ਬਦਲੀ ਦੇ ਚੱਕਰ 'ਚ ਨਹੀਂ ਬੜਿਆ ਸਰ।
ਦੋਵਾਂ ਧਿਰਾਂ ਨੇ ਆਪਣਾ ਆਪਣਾ ਪੱਖ ਦੱਸਿਆ, ਇੱਕ ਦੂਜੇ 'ਤੇ ਦੋਸ਼ ਲਾਏ, ਪਰ ਸਹੀ ਕੌਣ ਹੈ ਗਲਤ ਕੌਣ ਹੈ ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ। ਪੁਲਿਸ ਜਾਂਚ ਕਰ ਰਹੀ ਹੈ, ਜਾਂਚ ਤੋਂ ਬਾਅਦ ਹੀ ਨਤੀਜਾ ਸਾਹਮਣੇ ਆਊਗਾ ਕਿ ਅਸਲ ਆਰੋਪੀ ਕੌਣ ਹੈ। ਸਹਿਯੋਗੀ ਸੁਨੀਲ ਮਹਿਰਾ ਦੇ ਨਾਲ ਦੇਵਕਰਨ, ਪੰਜ ਪਾਣੀ ਟੀਵੀ, ਬਠਿੰਡਾ। ਸਾਡੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਈਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ।